हां जी सत श्री अकाल जेकर ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਿਓ ਸਟਾਰਟ ਕਰਦੇ ਆ ਰੈਡੀ ਸਟਾਰਟ ਇੱਕ ਵਾਰ ਜ਼ੁਬਾਨ ਵਿੱਚੋਂ ਨਿਕਲਿਆ ਬੋਲ ਵਾਪਿਸ ਨਹੀਂ ਆਉਂਦਾ ਇਹ ਸਭ ਅਸੀਂ ਜਾਣਦੇ ਹਾਂ ਫੇਰ ਵੀ ਸਭ ਕੁਝ ਜਾਣਦੇ ਹੋਏ ਵੀ ਅਸੀਂ ਆਪਣਾ ਆਪਾ ਗਵਾ ਲੈਂਦੇ ਹਾਂ ਅਤੇ ਕਈ ਵਾਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਕਰ ਲੈਂਦੇ ਹਾਂ ਜੋ ਨਾ ਸਿਰਫ ਸਾਡੇ ਨਾਲ ਜੁੜੇ ਲੋਕਾਂ ਤੇ ਅਸਰ ਪਾਉਂਦਾ ਹੈ ਸਗੋਂ ਸਾਡੀ ਸਿਹਤ ਤੇ ਵੀ ਅਸਰ ਪਾਉਂਦਾ ਹੈ ਡਾਂਡੀ ਪੈਰਾ ਇੱਕ ਵਾਰ ਗੱਲ ਕਹਿ ਕੀ ਅਸੀਂ ਉਸ ਸਮਿਤੀ ਆਪਣੀ ਕੜਵਾਹਟ ਦੂਰ ਕਰ ਲੈਂਦੇ ਹਾਂ ਪਰ ਉਸ ਤੋਂ ਬਾਅਦ ਵਾਰ-ਵਾਰ ਉਹ ਗੱਲ ਸਾਡੇ ਦਿਮਾਗ ਵਿੱਚ ਵੀ ਘੁੰਮਦੀ ਰਹਿੰਦੀ ਹੈ ਕਿ ਇਸ ਗੱਲ ਤੇ ਬੇਵਜਾ ਦੀ ਲੜਾਈ ਤੋਂ بچਿਆ ਜਾ ਸਕਦਾ ਸੀ ਡੈਂਡੀ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਬਹੁਤ ਆ ਜਾਂਦਾ ਹੈ ਨਾ ਚਾਉਂਦਿਆਂ ਹੋਿਆਂ ਵੀ ਅਸੀਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦੇ ਅਤੀ ਅਸੀਂ ਨਤੀਜੇ ਨੂੰ ਸਮਝੇ ਬਿਨਾ ਕੀ ਗੁੱਸੇ ਵਿੱਚ ਬੋਲੀ ਗੱਲ ਕੀ ਅਸਰ ਕਰ ਸਕਦੀ ਹੈ ਅਸੀਂ ਆਪਣਾ ਗੁੱਸਾ ਸ਼ਬਦਾਂ ਰਾਹੀਂ ਅਤੇ ਆਪਣੇ ਭੈੜੇ ਰਵੱਈਏ ਨਾਲ ਦੂਜੇ ਤੱਕ ਪਹੁੰਚਾ ਦਿੰਦੇ ਹਾਂ ਜੋ ਕਿ ਸਾਰਿਆਂ ਤੇ ਮਾੜਾ ਪ੍ਰਭਾਵ ਪਾਉਂਦਾ ਹੈ ਡੈਂਡੀ ਅਸੀਂ ਘਰ ਵਿੱਚ ਜਾਂ ਬਾਹਰ ਕਿਸੇ ਨਾਲ ਗੁੱਸੇ ਦੇ ਵਿੱਚ ਜਦੋਂ ਵੀ ਕੋਈ ਗੱਲ ਕਰਦੇ ਹਾਂ ਉਹ ਸਾਡੇ ਪੂਰੇ ਪਰਿਵਾਰ ਤੇ ਅਸਰ ਪਾਉਂਦੀ ਹੈ ਡੈਂਡੀ ਘਰ ਦਾ ਮਾਹੌਲ ਤਾਂ ਖਰਾਬ ਹੁੰਦਾ ਹੀ ਹੈ ਸ਼ਾਂਤੀ ਵੀ ਭੰਗ ਹੋ ਜਾਂਦੀ ਹੈ ਡੈਂਡੀ ਗੁੱਸੇ ਕਾਰ ਦਾ ਮਾਹੌਲ ਖਰਾਬ ਕਰ ਦਿੰਦੇ ਹਨ ਡੈਂਡੀ অতি ਸ਼ਾਂਤੀ ਵੀ ਭੰਗ ਹੋ ਜਾਂਦੀ ਹੈ ਡੈਂਡੀ ਗੁੱਸੇ ਕਾਰਨ ਸਿਰਦਰਦ ਹੋਣ ਲੱਗਦਾ ਹੈ ਫਿਰ ਕਿਸੇ ਕੰਮ ਵਿੱਚ ਤਾਂ ਕੀ ਕਿਸੇ ਗੱਲ ਵਿੱਚ ਵੀ ਦਿਲ ਨਹੀਂ ਲੱਗਦਾ ਡੈਂਡੀ ਗੁੱਸੇ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਡੈਂਡੀ ਅਸੀਂ ਸਾਰੇ ਜਾਣਦੇ ਹਾਂ ਕਿ ਕਿਸੇ ਨਾ ਕਿਸੇ ਵੇਲੇ ਸਾਡਾ ਗੁੱਸਾ ਇੱਕ ਮੁਸੀਬਤ ਬਣ ਜਾਂਦਾ ਹੈ ਜੋ ਕਿ ਸਾਡੇ ਲਈ ਹਮੇਸ਼ਾ ਖਰਾਬ ਕਰ ਦਿੰਦਾ ਹੈ ਡੈਂਡੀ ਦੁਨੀਆ ਵਿੱਚ ਸ਼ਾਇਦ ਹੀ ਕੋਈ ਇਨਸਾਨ ਅਜੀਹਾ ਹੋਵੇਗਾ ਜਿਸ ਨੂੰ ਗੁੱਸਾ ਕਦੀ ਨਾ ਆਇਆ ਹੋਵੇ ਡੰਡੀ ਪਤੀ ਪਤਨੀ ਦੀ ਭੈਣ ਭਰਾ ਦੀ ਮਾਤਾ ਪਿਤਾ ਦੀ ਬੱਚਿਆਂ ਨਾਲ ਹੋਰ ਤਾਂ ਹੋਰ ਅਸੀਂ ਤਾਂ ਆਪਣੇ ਆਪ ਤੱਕ ਨੂੰ ਵੀ ਨਹੀਂ ਛੱਡਦੇ ਆਪਣੇ ਆਪ ਨਾਲ ਗੁੱਸੇ ਹੋ ਜਾਂਦੇ ਹਾਂ ਗੁੱਸੇ ਤੇ ਲੜਾਈ ਤੋਂ ਵਾਦ ਵਿੱਚ ਪਛਤਾਵਾ ਹੀ ਪੱਲੇ ਰਹ ਜਾਂਦਾ ਹੈ ਇੱਕ ਪਾਲਦਾ ਗੁੱਸਾ ਸਾਲਾਂ ਲਈ ਦਿਲਾਂ ਦੀ ਵਿੱਚ ਦੂਰੀਆਂ ਪਾ ਜਾਂਦਾ ਹੈ ਡੈਂਡੀ ਪੈਰਾ ਗੁੱਸਾ ਆਉਣ ਤੇ ਜੇਕਰ ਆਪਣਾ ਪਾਰਾ ਜ਼ਿਆਦਾ ਹੁੰਦਾ ਹੋਵੇ ਤਾਂ ਠੰਡਾ ਪਾਣੀ ਪੀ ਲਵੋ ਡੰਡੀ ਸਟਾਪ